ਬੀਤੇ ਕੱਲ ਤੜਕਸਾਰ 5:30 ਵਜੇ ਦੇ ਕਰੀਬ ਇੱਕ ਬਾਪ ਤੇ ਉਸਦੇ ਪੁੱਤਰ ਦੀ ਮੌਤ ਹੋ ਜਾਂਦੀ ਹੈ ਐਕਸੀਡੈਂਟ ਰਾਹੀਂ। ਐਕਸੀਡੈਂਟ ਬਿਲਕੁਲ ਇਸੇ ਜਗ੍ਹਾ ਤੇ ਹੋਈ ਜਿੱਥੇ ਅਸਲ ਵਿੱਚ ਮੈਂ ਮੌਜੂਦ ਹੈਗਾ। ਇਹ ਉਹੀ ਲਾਈਟਾਂ ਨੇ, ਕੱਲ ਵੀ ਲਾਈਟਾਂ ਇਸੇ ਤਰ੍ਹਾਂ ਹੀ ਚੱਲਦੀਆਂ ਸੀ, ਸਿਰਫ ਜਿਹੜੀ ਪੀਲੀ ਬੱਤੀ ਸੀ ਉਹ ਇਸੇ ਤਰ੍ਹਾਂ ਹੀ ਬਲਿੰਕ ਕਰਦੀ ਸੀ, ਅੱਜ ਵੀ ਉਹ ਲਾਈਟ ਉਸੇ ਤਰ੍ਹਾਂ ਹੀ ਬਲਿੰਕ ਕਰਦੀ ਹੈ। ਇੱਥੇ ਮੇਰੇ ਖੱਬੇ ਪਾਸੇ ਕੂੜੇ ਦਾ ਢੇਰ ਹੈ, ਕੂੜੇ ਦਾ ਡੰਪ ਹੈ, ਜਿੱਥੇ ਕਿ ਜਿਹੜੇ ਸਥਾਨਕ ਲੋਕ ਹੈਗੇ ਨੇ ਉਹਨਾਂ ਵੱਲੋਂ ਕੂੜਾ ਡੰਪ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਇਹਨਾਂ ਮਸ਼ੀਨਾਂ ਰਾਹੀਂ ਇਹ ਕੂੜਾ ਜਿਹੜਾ ਵਰਿਆਣਾ ਡੰਪ ਦੇ ਉੱਤੇ ਪਹੁੰਚਾਇਆ ਜਾਂਦਾ। ਪਰ ਸੋਚਣ ਵਾਲੀ ਗੱਲ ਇਹ ਹੈਗੀ ਕਿ ਐਕਟਿਵਾ ਸਵਾਰ ਇਹ ਪੁੱਤ ਦੋਨੇ ਨਕੋਦਰ ਤੋਂ ਆਉਂਦੇ ਨੇ, ਕਿਉਂਕਿ ਜਿਹੜਾ ਤਰਨਦੀਪ ਦਾ ਪਿਤਾ ਉਸਦੀ ਭਤੀਜੀ ਦਾ ਕੱਲ੍ਹ ਹੀ ਵਿਆਹ ਸੀਗਾ ਔਰ ਬਿਲਕੁਲ ਇਸੇ ਜਗ੍ਹਾ ਤੇ ਉਸ ਐਕਟਿਵਾ ਸਵਾਰ ਦੀ ਟਿੱਪਰ ਦੇ ਨਾਲ ਮੌਤ ਹੋ ਜਾਂਦੀ ਆ। ਔਰ ਕਾਰਨ ਕੀ ਹੈਗੇ, ਜੋ ਇੱਥੇ ਦੇ ਸਥਾਨਕ ਲੋਕ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰਕਾਰ ਕੀ ਉਹਨਾਂ ਨੂੰ ਕੀ ਲੱਗਦਾ ਇਸ ਐਕਸੀਡੈਂਟ ਦੇ ਤੱਥ ਕੀ ਹੈਗੇ ਨੇ, ਕਿ ਪਹਿਲਾ ਐਕਸੀਡੈਂਟ ਨਾ ਜਾਂ ਪਹਿਲਾਂ ਵੀ ਕੋਈ ਹੋਰ ਐਕਸੀਡੈਂਟ ਹੁੰਦੇ ਨੇ। ਸਰ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਕੀ ਹੈਗਾ। ਇੱਧਰ ਮੇਰਾ ਨਾਮ ਅਮਰੀਸ਼ ਮਿੰਕਾ। ਇੱਧਰ ਆ ਜਾਓ ਮਾੜਾ ਜਿਹਾ। ਮੇਰਾ ਨਾਮ ਅਮਰੀਸ਼ ਮਿੰਕਾ ਜੀ। ਠੀਕ ਹੈ, ਇੱਕ ਚੀਜ਼ ਦੱਸਣਾ, ਕੱਲ੍ਹ ਇੱਥੇ ਐਕਸੀਡੈਂਟ ਹੁੰਦਾ, ਪੇ ਤੇ ਪੁੱਤ ਦੀ ਮੌਤ ਹੋ ਜਾਂਦੀ ਆ, ਬਹੁਤ ਮਾੜੀ। ਕਾਰਨ ਕੀ ਹੈਗਾ? ਕਾਰਨ ਕੂੜਾ, ਉਹ ਕੂੜੇ ਥੱਲੇ ਬੰਦਾ ਐਨ ਕੱਢ ਲਿਆ ਉਹਨੇ, ਮੇਨ ਕੂੜਾ, ਉਹ ਕੂੜੇ ਮੋਟਰਸਾਈਕਲ ਸਲਿਪ ਹੋ ਗਿਆ, ਵੱਜਾ, ਮੇਨ ਕੂੜਾ ਹੈ। ਪਹਿਲਾਂ ਵੀ ਕਦੀ ਕੋਈ ਐਕਸੀਡੈਂਟ ਇਸ ਤਰੀਕੇ ਦਾ ਹੁੰਦਾ? ਕਈ ਹੋਈ, ਜੇ ਟਰੱਕ ਵੱਜਿਆ ਟੈਂਪੂ 'ਚ, ਕੂੜੇ ਦਾ ਟੈਂਪੂ ਵੱਜਾ, ਉਹ ਟੈਂਪੂ ਦੇ ਵੈਸੇ ਹੀ ਟੈਂਪੂ ਵੱਜਾ, ਨੀਲਕੰਠ ਬਬੂਨ, ਨੀਲਕੰਠ ਦਾ ਆਟੋ 'ਚ, ਬਬੂਨ ਨੀਲਕੰਠ ਆਟੋ ਦੇ ਪੈਸੇ ਭਰੇ, ਆਟੋ ਨੇ ਲਾਇਆ ਸਲਿਪ ਹੋ ਗਿਆ, ਨੀਲਕੰਠ ਬਬੂ ਉਹ ਪੈਸੇ ਭਰੇ ਆਟੋ ਦੇ। ਧੰਨਵਾਦ ਗੱਲਬਾਤ ਕਰਨ ਲਈ, ਅਤੇ ਮੈਂ ਕੋਸ਼ਿਸ਼ ਕਰਦਾ ਹੈਗਾ ਇੱਕ ਚੀਜ਼ ਅਸੀਂ ਬਾਇਓਮੀਟਰ ਦਾ ਥੋੜ੍ਹਾ ਜਿਹਾ ਚੈੱਕ ਕਰ ਲਈਏ। ਮੈਂ ਇੱਕ ਚੀਜ਼ ਦਿਖਾਉਣੀ ਚਾਹੁੰਦਾ ਇੱਥੇ, ਮੈਂ ਆਪਣੇ ਕੈਮਰਾਮੈਨ ਸਾਥੀ ਨੂੰ ਕਹੂੰਗਾ ਥੋੜ੍ਹਾ ਜਿਹਾ ਦੂਰੋਂ ਦਿਖਾਉਣ ਇਹ ਚੀਜ਼ ਨੂੰ, ਕਿਉਂਕਿ ਅਸੀਂ ਇੱਕ ਸੜਕ ਦਾ ਜਾਇਜ਼ਾ ਵੀ ਲੈਣਾ ਹੈਗਾ। ਇਹ ਵਾਈਟ ਲਾਈਨ ਹੈਗੀ ਹੈ, ਵਾਈਟ ਲਾਈਨ ਦੇ ਉੱਪਰ ਟਿੱਪਰ ਖੜਾ ਕੂੜਾ ਜਿਹੜਾ ਇੱਥੋਂ ਲੈਣ ਆਇਆ ਹੈਗਾ। ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ 3 ਫੁੱਟ ਦੇ ਕਰੀਬ ਇਹ ਟਿੱਪਰ ਬਾਹਰ ਨੂੰ ਸੜਕ ਦੇ ਉੱਤੇ ਹੈ ਔਰ ਸੜਕ ਦਾ ਜਿਹੜਾ ਬਾਇਓਮੀਟਰ ਹੈ ਉਹ ਕਿੰਨਾ ਕੁ ਬਚਦਾ ਹੈ। ਸਿਰਫ ਇੱਕ ਕਾਰ ਅਤੇ ਇੱਕ ਆਟੋ ਰਿਕਸ਼ਾ ਇਹੀ ਆਰਾਮ ਨਾਲ ਇੱਥੋਂ ਲੰਘ ਸਕਦੇ ਆ, ਔਰ ਜੇ ਕਿਤੇ ਕੋਈ ਹੋਰ ਵੱਡੀ ਗੱਡੀ ਆਵੇ ਤਾਂ ਨਹੀਂ ਲੰਘ ਸਕਦੀ। ਔਰ ਦੂਸਰੀ ਗੱਲ, ਕੂੜਾ ਜਿਹੜਾ ਹੈਗਾ ਉਹ ਬਾਹਰ ਤੀਕਰ ਸੜਕ ਤੀਕਰ ਆ ਜਾਂਦਾ, ਜਿਹੜਾ ਐਕਸੀਡੈਂਟ ਦਾ ਕਾਰਨ ਬਣਦਾ। ਕਾਰਨ ਕੀ ਹੁੰਦਾ ਕਿ ਜਦੋਂ ਉਧਰੋਂ ਗੱਡੀ ਕੋਈ ਵੀ ਆਟੋ ਰਿਕਸ਼ਾ ਜਾਂ ਟੂ ਵੀਲਰ ਆਉਂਦਾ, ਟੂ ਵੀਲਰ ਆ ਕੇ ਜਿਹੜਾ ਕੂੜਾ ਸੜਕ ਦੇ ਉੱਤੇ ਹੁੰਦਾ ਉੱਥੋਂ ਸਲਿਪ ਕਰ ਜਾਂਦਾ, ਔਰ ਸੁਭਾਵਿਕ ਜੀ ਗੱਲ ਹੈ ਜਦੋਂ ਸਲਿਪ ਕਰਦਾ ਤਾਂ ਕਿਤੇ ਨਾ ਕਿਤੇ ਜਿਹੜੀ ਟੂ ਵੀਲਰ ਹੈਗਾ ਅਨਬੈਲੈਂਸ ਹੋ ਕੇ ਸੜਕ ਵਾਲੇ ਪਾਸੇ ਨੂੰ ਜਾਂ ਕੂੜੇ ਵਾਲੇ ਪਾਸੇ ਨੂੰ ਡਿੱਗ ਜਾਂਦਾ, ਔਰ ਜੇ ਕੂੜੇ ਵਾਲੇ ਪਾਸੇ ਨੂੰ ਡਿੱਗੇਗਾ ਤਾਂ ਬਚ ਜਾਏਗਾ, ਜੇ ਸੜਕ ਵਾਲੇ ਪਾਸੇ ਨੂੰ ਡਿੱਗੇਗਾ ਤਾਂ ਨੈਚੁਰਲ ਜੀ ਗੱਲ ਆ ਉਹਦੀ ਇੱਥੇ ਉਹਦਾ ਇੱਥੇ ਐਕਸੀਡੈਂਟ ਹੋਣ ਦਾ ਖਦਸ਼ਾ ਜ਼ਰੂਰ ਹੈਗਾ। ਪਰ ਇਸੇ ਕਰਕੇ ਜਿਹੜੇ ਸਥਾਨਕ ਲੋਕ ਹੈਗੇ ਆ ਉਹ ਇੱਥੋਂ ਕੂੜੇ ਦਾ ਡੰਪ ਹਟਾਉਣ ਦੀ ਵੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ। ਕੱਲ੍ਹ ਤੁਸੀਂ ਦੇਖਿਆ ਕੋਈ ਐਕਸੀਡੈਂਟ ਹੋਇਆ, ਕੀ ਲੱਗਦਾ ਤੁਹਾਨੂੰ ਕਾਰਨ ਕੀ ਹੈ ਇਸ ਚੀਜ਼ ਦਾ? ਕਾਰਨ ਸਾਰਾ ਕੂੜੇ ਦਾ ਕਾਰਨ ਹੀ ਹੈ। ਇੱਥੇ ਇੱਕ ਤੇ ਗੱਡੀਆਂ ਰੋਡ ਤੇ ਲੱਗੀਆਂ ਹੁੰਦੀਆਂ ਨੇ ਕਾਰਪੋਰੇਸ਼ਨ ਦੀਆਂ, ਸਾਰੀ ਸੜਕ ਬੰਦ ਕੀਤੀ ਹੋਈ ਹੈ, ਉਹ ਤੋਂ ਬਾਅਦ ਜੇਸੀਬੀ ਵਾਲੇ ਪੂਰਾ ਧੱਕਾ ਇੱਥੇ ਕਰਦੇ ਆ। ਗੱਡੀ ਬੈਕ ਲੈ ਨਹੀਂ ਦੇਖਦੇ, ਪਿੱਛੇ ਇੰਨਾ ਟ੍ਰੈਫਿਕ ਹੁੰਦਾ ਵੀ ਪਿੱਛੇ ਦੇਖ ਲੈਣਾ, ਪੂਰਾ ਧੱਕਾ ਕਰਦੇ, ਪੂਰੀ ਜੇਸੀ ਬੈਕ ਕਰਦੇ, ਪਿੱਛੇ ਦੇਖਦੇ ਨਹੀਂ, ਲੋਕ ਡਰਦੇ ਕੋਈ ਉੱਧਰ ਗੱਡੀ ਵਾਲਾ ਉੱਧਰ ਵਾਰਦਾ। ਇਹ ਹਾਦਸਾ ਇਹਦਾ ਕਾਰਨ ਜ਼ਿਆਦਾ ਇਹੀ ਆ ਵੀ ਇਹ ਗੱਡੀਆਂ ਰੋਡ ਤੇ ਲੱਗੀਆਂ ਹੋਈਆਂ। ਕਹਿਣ ਦਾ ਮਤਲਬ ਇੱਥੋਂ ਕੂੜੇ ਦਾ ਡੰਪ ਫਟੋ? ਬਿਲਕੁਲ ਬਿਲਕੁਲ, ਚੱਕਿਆ ਜਾਣਾ ਚਾਹੀਦਾ ਸਰ, ਇੱਥੋਂ ਬਿਲਕੁਲ ਚੱਕਿਆ ਜਾਣਾ ਚਾਹੀਦਾ। ਇਹ ਮੌਤ ਦਾ ਘਰ ਹੀ ਸੁਦਾ ਇੱਥੇ, ਇੱਕ ਨੇ ਕਈ ਐਕਸੀਡੈਂਟ ਅਸੀਂ ਇੱਥੇ ਦੇਖੇ ਆ। ਮੈਂ ਆਟੋ ਡਰਾਈਵਰ ਰੋਜ਼ ਰੋਡ ਤੇ ਚੱਲਦਾ ਵਾਂ, ਬੜੇ ਇਸ ਜਗ੍ਹਾ ਦੇ ਹਾਦਸੇ ਦੇਖੇ ਆ, ਇਹਦਾ ਕੋਈ ਹੱਲ ਕਰਨਾ ਜ਼ਰੂਰ ਚਾਹੀਦਾ ਵਾ। ਤਾਂ ਬਿਲਕੁਲ, ਜਿਹੜਾ ਕੱਲ੍ਹ ਐਕਸੀਡੈਂਟ ਹੋਇਆ ਇਸੇ ਜਗ੍ਹਾ ਦੇ ਉੱਤੇ ਔਰ ਉਸਦੇ ਨਾਲ ਅਸੀਂ ਗਰਾਊਂਡ ਜ਼ੀਰੋ ਤੋਂ ਰਿਐਲਿਟੀ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ
ਆਖਿਰਕਾਰ ਐਕਸੀਡੈਂਟ ਹੋਣ ਦੇ ਕਾਰਨ ਕੀ ਨੇ? ਕਿਉਂਕਿ ਪਹਿਲਾ ਐਕਸੀਡੈਂਟ ਨਹੀਂ, ਪਹਿਲਾਂ ਵੀ ਕਈ ਐਕਸੀਡੈਂਟ ਇੱਥੇ ਹੋਏ ਨੇ, ਔਰ ਜਿਹੜੇ ਸਥਾਨਕ ਲੋਕ ਹੈਗੇ ਨੇ ਜਾਂ ਜਿਹੜੇ ਰੋਜ਼ ਇਸ ਰੋਡ ਦੇ ਉੱਤੇ ਚੱਲਦੇ ਨੇ, ਉਹਨਾਂ ਦਾ ਅਹਿਸਾਸ ਕਹਿਣਾ ਕਿ ਜਿਹੜਾ ਕੂੜੇ ਦਾ ਡੰਪ ਹੈਗਾ ਉਹ ਹਟਾਉਣਾ ਚਾਹੀਦਾ। ਦੂਸਰੀ ਗੱਲ ਇਹ ਵੀ ਸਾਹਮਣੇ ਨਿਕਲ ਕੇ ਆਉਂਦੀ ਨੇ, ਜਿਹੜੀ ਇੱਥੇ ਮਸ਼ੀਨਰੀ ਚੱਲਦੀ ਆ ਉਹਦੇ ਨਾਲ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਕਰਨਾ ਇੱਥੇ ਪੈਂਦਾ ਨਜ਼ਰ ਆ ਰਿਹਾ। ਔਰ ਇਸ ਬਾਬਤ ਅਸੀਂ ਜਿਹੜੇ ਟ੍ਰੈਫਿਕ ਦੇ ਜਿਹੜੇ ਅਧਿਕਾਰੀ ਹੈਗੇ ਨੇ, ਟ੍ਰੈਫਿਕ ਪੁਲਿਸ ਦੇ ਜਿਹੜੇ ਅਧਿਕਾਰੀ ਹੈਗੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਬਿਲਕੁਲ ਇਸ ਵੇਲੇ ਅਸੀਂ ਮੌਜੂਦ ਹਾਂ SP ਦਫ਼ਤਰ ਜਿੱਥੇ ਕਿ ਟ੍ਰੈਫਿਕ ਦੇ ਆਲਾ ਅਧਿਕਾਰੀ ਮੌਜੂਦ ਹੈਗੇ ਨੇ। ਅਮਨਦੀਪ ਕੌਰ ਸਰ, ਇੱਕ ਕੱਲ੍ਹ ਐਕਸੀਡੈਂਟ ਹੁੰਦਾ ਹੈ, ਮਨਭਾਗੀ ਘਟਨਾ ਵਾਪਰਦੀ, ਜਿਹਦੇ ਵਿੱਚ ਦੋ ਪੇ ਪੁੱਤ ਦੀ ਮੌਤ ਹੋ ਜਾਂਦੀ ਆ, ਕਿਉਂਕਿ ਅਸੀਂ ਗਰਾਊਂਡ ਜ਼ੀਰੋ 'ਤੇ ਜਾ ਕੇ ਰਿਐਲਿਟੀ ਵੀ ਚੈੱਕ ਕੀਤੀ ਹੈਗੀ ਆ, ਔਰ ਪਹਿਲਾਂ ਵੀ ਕਾਫੀ ਐਕਸੀਡੈਂਟ ਹੁੰਦੇ, ਜੋ ਹਜੇ ਤੱਕ ਮੰਨਿਆ ਜਾ ਰਿਹਾ ਲੋਕਾਂ ਦਾ ਵੀ ਕਹਿਣਾ ਕਿ ਜਿਹੜਾ ਡੰਪ ਹੈਗਾ ਉੱਥੇ ਜਾਂ ਡੰਪ ਦੇ ਉੱਤੇ ਜਿਹੜੀ ਮਸ਼ੀਨਰੀ ਕੰਮ ਕਰਦੀ ਆ ਉਹਦੀ ਵਜ੍ਹਾ ਨਾਲ ਸਾਡੇ ਹਾਦਸੇ ਵਾਪਰਦੇ, ਕਿ ਕਦੋਂ ਤੱਕ ਉਹ ਡੰਪ ਨੂੰ ਸਾਈਡ 'ਤੇ ਕਰਵਾਇਆ ਜਾਏਗਾ ਜਾਂ ਉਹਨੂੰ ਪਰਟੀਕੁਲਰ ਕੋਈ ਜਗ੍ਹਾ ਉਹਦੀ ਚੇਂਜ ਕੀਤੀ ਜਾਏ? ਕੱਲ੍ਹ ਤਾਂ ਵੇਖੋ, ਕੱਲ੍ਹ ਜਿਹੜੀ ਮੰਦਭਾਗੀ ਜਿਹੜੀ ਖਬਰ ਹੋਈ ਸੀ, ਦੁਰਘਟਨਾ ਹੋਈ ਸੀਗੀ, ਬਹੁਤ ਮਾੜਾ ਹੋਇਆ, ਜਿਹਦੇ ਵਿੱਚ ਛੋਟਾ ਬੱਚਾ ਅਤੇ ਉਹਦਾ ਫਾਦਰ ਸੀਗਾ, ਅਤੇ ਉਹਨਾਂ ਦੀ ਜਿਹੜੀ ਹੈ ਰੋਡ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਆ। ਜਿਹੜੇ ਕੂੜੇ ਦੇ ਡੰਪ ਆ, ਆਲਰੇਡੀ ਅਸੀਂ ਜਲੰਧਰ ਸ਼ਹਿਰ ਦੇ ਵਿੱਚ ਜਿੰਨੇ ਵੀ ਜਿੱਥੇ ਵੀ ਕੂੜੇ ਦੇ ਡੰਪ ਆ ਜਾਂ ਕੋਈ ਐਵੇਂ ਦੀਆਂ ਰੋਡ 'ਤੇ ਕੰਸਟਰਕਸ਼ਨ ਹੁੰਦੀਆਂ ਜਾਂ ਐਵੇਂ ਦੀਆਂ, ਉਹ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਮੀਟਿੰਗ ਕਰਕੇ ਅਸੀਂ ਜਲਦੀ ਤੋਂ ਜਲਦੀ ਜਿੰਨੇ ਵੀ ਰੋਡ ਹੈਗੇ ਜਲੰਧਰ ਦੇ, ਖਾਸ ਕਰਕੇ ਜਿੱਥੇ ਕੱਲ੍ਹ ਵੀ ਐਕਸੀਡੈਂਟ ਹੋਇਆ, ਉਹਨੂੰ ਜਲਦੀ ਤੋਂ ਜਲਦੀ ਰਿਮੂਵ ਕਰਾਵਾਂਗੇ। ਠੀਕ ਹੈ, ਧੰਨਵਾਦ। ਸੋ ਇਹ ਸਨ ਆਲਾ ਅਧਿਕਾਰੀ SP ਜਿਨ੍ਹਾਂ ਨੇ ਗੱਲਬਾਤ ਕੀਤੀ ਹੈ, ਅਤੇ ਉਹਨਾਂ ਦਾ ਸਾਫ਼ ਕਲੀਅਰ ਹੈ ਕਿ ਜਲਦ ਤੋਂ ਜਲਦ ਕਾਰਪੋਰੇਸ਼ਨ ਦੇ ਨਾਲ ਮੀਟਿੰਗ ਕਰਕੇ ਜਿਹੜੇ ਇੱਦਾਂ ਦੇ ਡੰਪ ਹੈਗੇ, ਖਾਸ ਕਰਕੇ ਜਿਹੜੇ ਰੋਡ ਸਾਈਡ ਦੇ ਉੱਪਰ ਬਣੇ ਹੋਏ ਨੇ, ਉਹਨਾਂ ਨੂੰ ਜਲਦ ਤੋਂ ਜਲਦ ਜਾਂ ਤਾਂ ਥੋੜ੍ਹਾ ਜਿਹਾ ਪਿੱਛੇ ਰੋਡ ਤੋਂ ਬਿਲਕੁਲ ਪਿੱਛੇ ਹਟਾਇਆ ਜਾਏਗਾ, ਜਾਂ ਪਰਟੀਕੁਲਰ ਉਹਨਾਂ ਦੀ ਜਗ੍ਹਾ ਜਿਹੜੀ ਹੈਗੀ ਉਹ ਚੇਂਜ ਕੀਤੀ ਜਾਏਗੀ। ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਰਿੰਦਰ ਕੰਬੋਜ, ਦੈਨਿਕ ਸਵੇਰਾ ਟੀਵੀ, ਜਲੰਧਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ YouTube, Facebook, Instagram, X ਔਰ WhatsApp ਚੈਨਲ ਪਰ।